ਪਿਊਸ਼ ਗੋਇਲ ਨੇ ਬਾਲੀਵੁੱਡ ਅਦਾਕਾਰ ਨੂੰ ਇੱਕ ਵਾਰ ਫਿਰ ਭੰਡਿਆ। ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਅਦਾਕਾਰ ਰਿਤੇਸ਼ ਦੇਸ਼ਮੁਖ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਦੇ ਬੇਟੇ ਹਨ। ਦੇਸ਼ਮੁਖ ਜੀ ਦਾ ਟਵੀਟ ਮੈਨੇ ਦੇਖਾ, ਉਨਕਾ ਕਹਿਣਾ ਹੈ ਕਿ ਵੋ ਹਾਦਸੇ ਕੇ ਅਗਲੇ ਦਿਨ ਗਏ ਥੇ। ਮੈਂ ਸਵੀਕਾਰ ਕਰਤਾ ਹੂੰ ਉਸਕੇ ਅਗਲੇ ਦਿਨ ਗਏ ਥੇ, ਲੇਕਿਨ ਗਿਨੋਨਾ ਉਤਨਾ ਹੀ ਥਾ ਕਿ ਵੋ ਇੱਕ ਫਿਲਮ ਪ੍ਰੋਡਿਊਸਰ ਕੇ ਸਾਥ, ਕਿਉਂਕਿ ਉਨਕੇ ਪਿਤਾ ਜੀ ਇੱਕ ਚੀਫ ਮਿਨਿਸਟਰ ਹੈ, ਇੱਕ ਜਹਾਂ ਪੇ ਹਾਈ ਸਿਕਿਉਰਿਟੀ ਏਰੀਆ ਜੋ ਔਰ ਕਿਸਕੋ ਵੀ ਜਾਣੇ ਕੋ ਅਲਾਊਡ ਨਹੀਂ ਥਾ। ਹਮਾਰੇ ਵੀ ਮਿੱਤਰ ਥੇ ਵਹਾਂ ਪੇ, ਹਮੇ ਵੀ ਕਿਸੀ ਕੋ ਅਲਾਊਡ ਨਹੀਂ ਥਾ, ਲੇਕਿਨ ਇੱਕ ਫਿਲਮ ਪ੍ਰੋਡਿਊਸਰ ਕੋ ਲੈ ਕੇ ਜਾਣਾ ਵਹਾਂ ਪੇ, ਉਸਕੇ ਪਿੱਛੇ ਕਿਆ ਮਨਸ਼ਾ ਥੀ ਵੋ ਤੋ 2013 ਮੈਂ ਫਿਲਮ ਬਣਾ ਕੇ ਹਮਨੇ ਦੇਖ ਹੀ ਲੀ, ਕਿਉਂਕਿ ਮੁੱਖ ਮੰਤਰੀ ਨੇ ਕਾਮ ਕੀਆ ਤੋ ਉਸੀ ਲਈ ਉਨਕੋ ਰਿਜ਼ਾਈਨ ਕਰਨਾ ਪੜਾ ਥਾ। ਤੋ ਇਸਮੇ ਤੋ ਉਨ੍ਹੋਂਨੇ ਟਵੀਟ ਕੀਆ ਔਰ ਕਿਆ ਸਾਬਿਤ ਕੀਆ, ਯਹੀ ਸਾਬਿਤ ਕੀਆ ਕਿ ਉਨ੍ਹੋਂਨੇ ਇਹ ਕਾਮ ਕੀਆ ਥਾ ਔਰ ਉਸਕੇ ਲਈ ਉਨਕੋ ਰਿਜ਼ਾਈਨ ਕਰਨਾ ਪੜਾ ਔਰ ਦੇਸ਼ ਕੀ ਜਨਤਾ ਨੇ ਮਾਫ ਨਹੀਂ ਕੀਆ ਉਸਕਾ। ਅਰੇ ਭਾਈ 2013 ਮੈਂ ਉਹ ਫਿਲਮ ਬਣੀ ਹੈ, ਉਸੀ ਪ੍ਰੋਡਿਊਸਰ ਨੇ ਬਣਾਈ ਹੈ। ਡਰ ਕੇ ਮਾਰੇ ਸ਼ਾਇਦ ਇਨਕੋ ਲੜਕੇ ਕੋ ਰੋਲ ਨਹੀਂ ਮਿਲਾ ਹੋਗਾ, ਲੇਕਿਨ ਫਿਲਮ ਬਣੀ ਕਿ ਨਹੀਂ ਬਣੀ? ਤੇਰਾ ਤਾਂ 2013 ਮੈਂ ਬਣੀ ਫਿਲਮ, ਤੋ ਫਿਰ ਜਾਣੇ ਕਾ ਔਰ ਫਿਲਮ ਪ੍ਰੋਡਿਊਸਰ ਕੋ ਕੌਣ ਲੈ ਕੇ ਜਾਤਾ ਹੈ ਐਸੇ ਮੈਂ? ਹਮ ਰਾਜਨੀਤਿਕ ਵਿਪਕਸ਼ ਕੇ ਨੇਤਾਓਂ ਕੋ ਨਹੀਂ ਜਾਣੇ ਕੋ ਥਾ, ਔਰ ਸਹੀ ਬਾਤ ਥੀ, ਐਸੇ ਮੈਂ ਕੋਈ ਰਾਜਨੀਤੀਕਰਨ ਨਹੀਂ ਹੋਤਾ ਹੈ, ਐਸੇ ਮੈਂ ਤੋ ਸਿਰਫ ਸਰਕਾਰ ਕੇ ਸਿਕਿਉਰਿਟੀ ਫੋਰਸਿਸ ਸੈਨੀਟਾਈਜ਼ ਕਰਤੀ ਹੈ, ਕਿਉਂਕਿ ਵਾਈਟਲ ਕਲੂਜ਼ ਹੋਤੇ ਹੈ। ਐਸੇ ਸਥਾਨ ਪਰ ਜਾਂ ਟੈਰਰਿਸਟ ਨੇ ਅਟੈਕ ਕੀਆ ਹੈ, ਫੁੱਟਪ੍ਰਿੰਟਸ ਹੋਤੇ ਹੈ, ਹੈਂਡ ਪ੍ਰਿੰਟਸ ਹੋਤੇ ਹੈ, ਵੋ ਸਭ ਵਾਈਟਲ ਕਲੂਜ਼ ਕੇ ਉੱਪਰ ਆਗੇ ਕਾਰਵਾਈ ਹੋਤੀ ਹੈ, ਲੇਕਿਨ ਅਗਰ ਫਿਲਮ ਪ੍ਰੋਡਿਊਸਰ ਘੁੰਮਣੇ ਲੱਗ ਜਾਏ ਤੋ ਇਹ ਕਲੂਜ਼ ਸਭ ਖਰਾਬ ਹੋ ਸਕਤੇ ਹੈਂ। ਹੈਂਡ ਪ੍ਰਿੰਟਸ, ਫੁੱਟਪ੍ਰਿੰਟਸ, ਜੋ ਸੁਰਾਖ ਜਿਸਕੇ ਉੱਪਰ ਆਗੇ ਕਾਰਵਾਈ ਹੋਣੀ ਥੀ, ਵੋ ਖਰਾਬ ਹੋ ਸਕਤੇ ਹੈਂ, ਡੈਮੇਜ ਹੋ ਸਕਤੇ ਹੈਂ। ਤੋ ਮੈਂ ਸਮਝਤਾ ਹੂੰ ਯੇ ਭਾਸ਼ਾ ਸਿਰਫ ਅੱਛੀ ਇਸਤੇਮਾਲ ਕਰਕੇ ਲੋਟਸ ਆਫ ਲਵ ਐਂਡ ਅਫੈਕਸ਼ਨ ਦਿਖਾ ਕੇ ਕੋਈ ਅਸਲੀਅਤ ਨਹੀਂ ਛੁਪ ਜਾਤੀ।